ਸਤਿ ਸ਼੍ਰੀ ਅਕਾਲ ਜੀ, ਵੈਲਕਮ ਟੂ ਦਾ ਬਲਬੀਰ ਸਟੋਰ ਪੋਸਟ ਆਫਿਸ ਚੌਕ ਮਾਡਲ ਟਾਊਨ ਲੁਧਿਆਣਾ। ਲਓ ਜੀ, ਅੱਜ ਅਸੀਂ ਲਾਈਵ 'ਚ ਲੈ ਕੇ ਆਏ ਹਾਂ ਤੁਹਾਡੇ ਲਈ ਬੜੇ ਹੀ ਸੋਹਣੇ ਆਰਟੀਕਲ ਨੇ ਜੀ। ਪ੍ਰੋਪਰ ਡਿਜ਼ਾਈਨਰ ਵੇਅਰ ਆਣਗੇ ਜੀ, ਡਬਲ ਲੇਅਰ ਦੇ ਲਹਿੰਗੇ, ਫੈਬਰਿਕ ਪਿਓਰ ਕਰੇਪ ਹੋਏਗਾ, ਪਲੱਸ ਡਿਜੀਟਲ ਪ੍ਰਿੰਟਿੰਗ ਵਿਦ ਹਾਈਲਾਈਟ ਹੈਂਡ ਵਰਕ। ਦੁਪੱਟੇ ਆਣਗੇ ਓਡਨੀ ਸਟਾਈਲ ਦੇ, ਜਿੱਦਾਂ ਕਿ ਡੰਮੀ 'ਤੇ ਲੱਗੇ ਨਾ ਕੰਸੈਪਟ, ਇੱਦਾਂ ਦੇ ਆਰਟੀਕਲ ਦਿਆਂਗੇ ਬਿਲਕੁਲ ਨਵੇਂ ਔਰ ਬਿਲਕੁਲ ਫਰੈਸ਼। ਵਰਾਇਟੀ ਆਈ ਹੋਈ ਹੈ ਸਾਰੀ, ਆ ਦੇਖੋ ਨਾ, ਸ਼ਰਾਰੇ ਵੀ ਦਿਆਂਗੇ, ਡਰੈਸਿਸ ਵੀ ਆਣਗੀਆਂ ਅਤੇ ਲਹਿੰਗੇ ਵੀ ਆਣਗੇ। ਔਰ ਆਰਟੀਕਲ ਇੱਕ ਤੋਂ ਇੱਕ ਹੈ ਜੀ, ਜਿੰਨੇ ਵੀ ਆਰਟੀਕਲ ਦਿਆਂਗੇ ਨਾ ਸਾਰੇ ਡਿਜ਼ਾਇਨਰ ਹੀ ਦਿਆਂਗੇ ਤੁਹਾਨੂੰ, ਔਰ ਗਰਲੀ ਸ਼ਰੁਕ ਔਰ ਲੇਟੈਸਟ। ਠੀਕ ਹੈ ਨਾ, ਸ਼ੁਰੂ ਕਰਨ ਤੋਂ ਪਹਿਲੇ ਇੱਕ ਵਾਰੀ ਤੁਹਾਨੂੰ ਥੋੜ੍ਹੀ ਜੀ ਇਨਫੋਰਮੇਸ਼ਨ ਦੇ ਦਈਏ ਸਾਡੇ ਸਰਪ੍ਰਾਈਜ਼ ਗਿਫਟ ਦੀ। ਠੀਕ ਹੈ ਨਾ, ਆਜਾ ਰਾਜੇ ਖੋਲ੍ਹ ਕੇ ਦਿਖਾ ਦੇ। ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਨਾ, ਲਾਈਕ ਕਰਨਾ, ਅਤੇ ਇਹ ਸਰਪ੍ਰਾਈਜ਼ ਗਿਫਟ ਹੈਗਾ। ਲਓ ਜੀ, ਜਿਹਦੇ ਵੀ ਸਭ ਤੋਂ ਜ਼ਿਆਦਾ ਸ਼ੇਅਰਸ ਔਰ ਲਾਈਕ ਹੋਣਗੇ ਨਾ, ਇਹ ਚਾਰ ਗਿਫਟ ਕੱਢਾਂਗੇ ਜੀ 5 ਜਨਵਰੀ ਨੂੰ। ਠੀਕ ਹੈ ਨਾ, ਪਹਿਲੇ ਤੁਹਾਨੂੰ ਇੱਕ ਇਹ ਦਿਖਾ ਦਾਂ, ਇਹ ਸਰਵੋਸਕੀ ਬ੍ਰਾਂਡ ਦਾ ਆਏਗਾ ਬਿਊਟੀਫੁਲ ਬ੍ਰੈਸਲੈਟ। ਆਹ ਦੇਖੋ ਨਾ ਕਿੰਨਾ ਹੀ ਪਿਆਰਾ ਕਿਊਟ ਜਿਹਾ ਗਿਫਟ ਹੈਗਾ। ਠੀਕ ਹੈ ਨਾ ਜੀ, ਇਹ ਤੁਹਾਨੂੰ ਫਰੀ ਆਫ ਕੋਸਟ ਮਿਲੇਗਾ, ਜਿਹਦਾ ਵੀ ਹੋਏਗਾ ਡਿਲੀਵਰ ਕਰਾਂਗੇ। ਅਤੇ ਇੱਕ ਵਾਰੀ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਅਤੇ ਲਾਈਕ ਕਰਨਾ। ਅਤੇ ਸੈਕਿੰਡ ਗਿਫਟ ਹੈਗਾ ਹੈਮਰਸ ਦਾ, ਆਹ ਦੇਖੋ ਨਾ ਹਰਮਸ ਦਾ ਗਿਫਟ ਹੈਗਾ, ਮੇਡ ਇਨ ਪੈਰਿਸ, ਬੜਾ ਹੀ ਸੋਹਣਾ ਗਿਫਟ ਹੈਗਾ, ਪਰਫਿਊਮ ਹੈ, ਬੜਾ ਹੀ ਅੱਛਾ ਆਰਟੀਕਲ ਹੈਗਾ। ਠੀਕ ਹੈ ਜੀ, ਇਹ ਤੁਹਾਨੂੰ ਫਰੀ ਆਫ ਕੋਸਟ ਗਿਫਟ ਦਿੱਤਾ ਜਾਏਗਾ, ਜਿਹਦੇ ਵੀ ਸਭ ਤੋਂ ਜ਼ਿਆਦਾ ਸ਼ੇਅਰਸ ਹੋਣਗੇ ਅਤੇ ਲਾਈਕਸ ਹੋਣਗੇ। ਅਤੇ ਇਸੇ ਕਰਕੇ ਕਹਿ ਰਿਹਾ ਕਿ ਵਾਰ ਵਾਰ ਵੀਡੀਓ ਨੂੰ ਦੱਬ ਕੇ ਸ਼ੇਅਰ ਕਰੋ ਅਤੇ ਲਾਈਕ ਕਰੋ ਅਤੇ ਗਿਫਟ ਲਓ। ਗਿਫਟ ਬਹੁਤ ਸੋਹਣੇ ਨੇ, ਜਿੱਦਾਂ ਕਿ ਤੁਸੀਂ ਦੇਖਿਆ ਨਾ ਬ੍ਰੈਸਲੇਟ ਹੈ ਅਤੇ ਸਰਵੋਸਕੀ ਬ੍ਰਾਂਡ ਦਾ, ਅਤੇ ਆਪਣਾ ਹੈਰਮਸ ਦੇ ਆ ਗਏ ਪਰਫਿਊਮ। ਅਤੇ ਆਹ ਸਾਡੇ ਇੱਕ ਵਾਰੀ ਵਟਸਐਪ ਨੰਬਰ ਨੋਟ ਕਰੋ ਸ਼ੁਰੂ ਕਰਨ ਤੋਂ ਪਹਿਲੇ ਨਾ। ਆ ਲਓ ਜੀ, ਆਹ ਸਾਡੇ ਵਟਸਐਪ ਨੰਬਰ ਨੇ ਜੀ। ਠੀਕ ਹੈ ਜੀ, ਜਿਹੜਾ ਵੀ ਤੁਹਾਨੂੰ ਇਹਦੇ 'ਚ ਅੱਛਾ ਲੱਗੇਗਾ ਆਰਟੀਕਲ ਉਹਦਾ ਸਕਰੀਨਸ਼ੋਟ ਲੈ ਲੈਣਾ। ਸਕਰੀਨਸ਼ੋਟ ਲੈ ਕੇ ਨਾਲ ਨਾਲ ਤੁਸੀਂ ਆਪਣਾ ਨੰਬਰ ਨੋਟ ਕਰ ਲਓ, ਜਿਹੜਾ ਵੀ ਤੁਹਾਨੂੰ ਅੱਛਾ ਲੱਗੇਗਾ ਇਹਦੇ ਆਹ ਨੰਬਰਾਂ 'ਤੇ ਸ਼ੇਅਰ ਕਰਕੇ, ਕੋਲ ਕਰਕੇ ਜਾਂ ਮੈਸੇਜ ਕਰਕੇ ਆਪਣਾ ਆਰਟੀਕਲ ਤੁਸੀਂ ਬੁੱਕ ਕਰਵਾਓ। ਵਰਲਡ ਵਾਈਡ ਆਪਣੀ ਸ਼ਿਪਿੰਗ ਹੈਗੀ ਹੈ। ਅਤੇ ਸ਼ੁਰੂ ਕਰ ਰਹੇ ਹਾਂ ਜੀ ਆਰਟੀਕਲ ਨੰਬਰ 1 ਤੋਂ। ਲਓ ਜੀ, ਕਿਆ ਬਾਤ ਹੈ, ਸੱਤਿਆਪੁਰ ਡਿਜ਼ਾਈਨ ਦੇ ਨਾ ਪਿਓਰ ਕਰੇਪ ਦਾ ਨਾ ਏ ਲਾਈਨ ਅਨਾਰਕਲੀ ਆਏਗੀ ਮੀਡੀਅਮ ਲੈਂਥ ਦੀ। ਇਹਦੀ ਖਾਸੀਅਤ ਕੀ ਹੈ ਕਿ ਪਹਿਲੇ ਡਿਜੀਟਲ ਪ੍ਰਿੰਟਿੰਗ ਹੈਗੀ ਹੈ ਪਿਓਰ ਕਰੇਪ ਦੇ ਉੱਪਰ। ਕਲਰ ਆਏਗਾ ਇੰਗਲਿਸ਼ ਗ੍ਰੀਨ, ਡਸਟੀ ਗ੍ਰੀਨ, ਅਤੇ ਫੁੱਲ ਬਾਜ਼ੂ ਨੇ ਡਿਜੀਟਲ ਪ੍ਰਿੰਟਿੰਗ ਤੋਂ ਬਾਅਦ ਕੀਤਾ ਗਿਆ ਕੰਮ, ਹੈਂਡਵਰਕ ਆਊਟਲਾਈਨਿੰਗ ਜਿਹੜੀ ਵੀ ਹੈ ਪ੍ਰਿੰਟਿੰਗ ਦੇ ਉੱਪਰ, ਇਹ ਸਾਰੀ ਹੈਂਡਵਰਕ ਦੀ ਆਊਟਲਾਈਨਿੰਗ ਹੈ। ਗੋਟਾ ਪੱਟੀ ਹੋ ਗਈ ਜਾਂ ਜ਼ਰੀ ਹੋ ਗਿਆ ਜਾਂ ਸਟੋਨ ਸਿਕਵਨ ਸਰਵੋਸਕੀ ਹੋ ਗਿਆ, ਫੁੱਲ ਬਾਜ਼ੂ ਆਣਗੇ। ਆ ਗਿਆ ਤਾਂ ਯੋਕ ਬੋਟ ਨੈਕ ਬਣਿਆ ਜੀ, ਨੈਕ ਦਾ ਪੈਟਰਨ ਆ ਗਿਆ ਬੋਟ ਦਾ, ਪੂਰੀ ਫਿਨਿਸ਼ਿੰਗ ਮਿਲੇਗੀ, ਪੋਟਲੀ ਬਟਨਸ ਆਣਗੇ ਔਰ ਡਿਜੀਟਲ ਪ੍ਰਿੰਟਿੰਗ ਦੇ ਉੱਪਰ ਇਹਦੇ ਉੱਪਰ ਵੀ ਸਾਰਾ ਤੁਹਾਨੂੰ ਹਾਈਲਾਈਟ ਮਿਲੇਗਾ ਹੈਂਡਵਰਕ ਦੇ ਨਾਲ। ਗ੍ਰੀਨ ਦੇ ਨਾਲ ਬਲੂ ਦਾ ਕੰਬੀਨੇਸ਼ਨ ਹੈ, ਥੋੜ੍ਹਾ ਕਲਰਫੁੱਲ ਵੀ ਹੈ, ਮਲਟੀ ਵੀ ਹੈ। ਆ ਦੇਖੋ ਨਾ ਕਲਰਫੁੱਲ ਅਤੇ ਡਿਜ਼ਾਈਨਰ ਹੈ, ਇੱਥੋਂ ਇਹਦੀ ਕਲੀਆਂ ਸਟਾਰਟ ਹੋ ਜਾਣਗੀਆਂ ਜੀ। ਆ ਲਓ, ਮੀਡੀਅਮ ਲੈਂਥ ਦੀ ਨਾਰਕਲੀ ਹੈ, ਫੁੱਲ ਫਲੇਅਰ ਦੇ ਵਿੱਚ ਤੁਹਾਨੂੰ ਵਰਕ ਮਿਲੇਗਾ। ਦੇਖੋ ਡਿਜੀਟਲ ਪ੍ਰਿੰਟਿੰਗ ਪਲੱਸ ਹੈਂਡਵਰਕ ਮਿਲੇਗਾ, ਬੜਾ ਨੀਟ ਐਂਡ ਕਲੀਨ। ਕਲਰਫੁੱਲ ਹੈ ਪਰ ਸਾਰੇ ਇੰਗਲਿਸ਼ ਕਲਰ ਯੂਜ਼ ਕੀਤੇ ਨੇ। ਅਤੇ ਨਾਲ ਆਏਗਾ ਜੀ ਇਹਦੇ ਸਲਵਾਰ। ਲਓ ਜੀ, ਕਿਆ ਬਾਤ ਹੈ, ਰੈਡੀ ਟੂ ਵੇਅਰ ਬੋਟਮ ਆਏਗੀ ਜੀ, ਪਾਕਿਸਤਾਨੀ ਕੰਸੈਪਟ ਹੈ, ਅਨਾਰਕਲੀ ਨਾਲ ਸਲਵਾਰ, ਬਲੂ ਕਲਰ ਦੀ ਬੋਟਮ ਹੈ, ਇਹਦੇ ਉੱਪਰ ਵੀ ਤੁਹਾਨੂੰ ਵਰਕ ਮਿਲੇਗਾ। ਆ ਗਈ ਇਹਦੀ ਬੈਕ, ਬੈਕ ਫਰੰਟ ਦੋਨੋਂ ਬਣੀ ਹੈ, ਬਿਊਟੀਫੁਲ ਲਟਕਣ ਆਣਗੇ ਜੀ, ਸੇਮ ਫੈਬਰਿਕ ਵਾਲੇ ਲਟਕਣ ਦਿਆਂਗੇ ਤੁਹਾਨੂੰ, ਔਰ ਬੜੀ ਅੱਛੀ ਫਿਨਿਸ਼ਿੰਗ ਹੈ, ਸਲਿਮ ਫਿਟਿੰਗ ਵਾਲੇ ਔਰ ਡਿਜ਼ਾਈਨਰ ਲੁੱਕ ਵਾਲੇ ਕੰਸੈਪਟ ਹੈਗੇ ਨੇ ਸਾਰੇ। ਨਾਲ ਦੁਪੱਟਾ ਦਿਆਂਗੇ ਇੱਕਦਮ ਡਿਜ਼ਾਈਨਰ, ਕਿਆ ਬਾਤ ਹੈ, ਓਡਨੀ ਸਟਾਈਲ ਦਾ ਦੁਪੱਟਾ ਆਏਗਾ ਜੀ, ਟੂ ਟੋਨ ਦਾ, ਇੱਦਾਂ ਹੀ ਕਲਰਫੁੱਲ ਵਿਦ ਡਿਜੀਟਲ ਪ੍ਰਿੰਟਿੰਗ ਹੈ, 4 ਸਾਈਡ ਬਾਰਡਰ ਤੇ, ਅਤੇ ਹਲਕੀ ਹਲਕੀ ਹੈਂਡਵਰਕ ਦੀ ਨਾ ਆਊਟਲਾਈਨਿੰਗ ਮਿਲੇਗੀ, ਮਿਡਲ 'ਚ ਇਸ ਤਰ੍ਹਾਂ ਹੀ ਫਲਾਵਰਸ ਆਣਗੇ ਅਤੇ ਮੋਟਿਵ ਆਣਗੇ ਜੀ। ਬਲੂ ਦੇ ਨਾਲ ਗ੍ਰੀਨ ਦਾ ਕੰਬੀਨੇਸ਼ਨ ਦੁਪੱਟਾ ਆਏਗਾ, ਤਾਂ ਓਡਨੀ ਸਟਾਈਲ ਦਾ ਦੁਪੱਟਾ ਹੈ, ਸ਼ੋਰਟ ਨਾਰਕਲੀ ਵਿਦ ਸਲਵਾਰ ਔਰ ਓਡਨੀ ਸਟਾਈਲ ਦਾ ਪ੍ਰਿੰਟਡ ਦੁਪੱਟਾ। ਕਲਰ ਆਏਗਾ ਗ੍ਰੀਨ ਇਨ ਟੂ ਬਲੂ, ਅਤੇ ਆਈਟਮ ਨੰਬਰ ਹੈਗੀ ਅੱਜ ਦੀ 1 ਨੰਬਰ ਆਈਟਮ ਹੈ, ਅਤੇ ਰੇਟ ਆਏਗਾ ਜੀ 28,060। ਲਓ ਜੀ, ਬਲੇਜ਼ਰ ਵਿਦ ਪਲਾਜ਼ੋ, ਸੁਪਰ ਕੋਟ ਸਟਾਈਲ ਦਾ ਸਟਿਚਿੰਗ ਆਰਟ ਆਏਗਾ ਜੀ। ਇਹ ਪ੍ਰੋਪਰ ਗਰਲਿਸ਼ ਹੈ, ਆ ਦੇਖੋ ਨਾ ਕੰਸੈਪਟ ਤੁਹਾਨੂੰ ਦਿਖਾਣਾ, ਜਿਹੜਾ ਪਿਓਰ ਸ਼ੁਮਾਏ ਸਾਟਨ ਦੇ ਉੱਪਰ ਬਣਿਆ। ਇਹ ਆਣਗੇ ਇਹਦੇ ਸਲੀਵਸ, ਪਰ ਸਲੀਵਸ ਹੈਗੇ ਨੈੱਟ ਦੇ, ਪਰ ਡਿਜ਼ਾਈਨਰ ਆਣਗੇ ਇਸ ਤਰ੍ਹਾਂ ਹੀ ਨਾ, ਸਟਾਈਲ ਬਣਿਆ ਬਾਜ਼ੂ ਦਾ, ਪੂਰਾ ਜਾਲ ਆਏਗਾ ਹੈਂਡਵਰਕ ਦਾ। ਐਕਚੁਲੀ ਇਹਦਾ ਸਾਰਾ ਕੰਮ ਜਿਹੜਾ ਸਿਲਵਰ ਪਲੱਸ ਗੋਲਡ
वर्क आएगा, मिक्स काम आएगा। इस की है कटदाना सीक्वेंस दबका सारा मिक्स आएगा। देखो पूरा ज्वेलरी वर्क है, बैन वाला कंसेप्ट है, हाई नेक वाला कंसेप्ट है, सेंटर ओपन होएगा जी, हल्का जा कट आएगा। एदा स्टिचिंग आर्ट जेड़ा कोट वाला स्टिचिंग आर्ट है, जिदा कि ब्लेजर टाइप का स्टिचिंग आर्ट होएगा। इत्थे पूरा जाल है देखो हैंडवर्क का, दबके दे नाल सिलिया है, कटदाना है, सीकुंस है, स्टोन है, अल्टीमेट आर्टिकल है जी। नाल आएगा जाफा, जाफा जेड़ा फुल फ्लेयर का प्योर शुमाई साटन का ही जाफा आएगा, पर वह प्लेन होएगा। नाल दुपट्टा भी देंगे, दुपट्टा आएगा नैट का। पहले बैक देख लो कितनी प्यारी है ना, बैक भी बहुत सोहनी बनी है, इदा ही हाई नैक के विच बैक आएगी। पूरा बैक से भी वर्क मिलेगा जी, कलर आएगा रॉयल ब्लू, तो दुपट्टा आएगा नैट के नाल, स्लीक एलीगेंट बॉर्डर वाला दुपट्टा है। चाहे विदाउट दुपट्टा भी पा सकते हैं, क्योंकि स्टिचिंग आर्ट इदा का है, डिजाइनर लुक का कंसैप्ट है प्रोपर। आ गया दुपट्टा सेम इस तरह ना, स्लीक जहा हल्का जहा बॉर्डर बने, तो ऑल ओवर बूटी आएगी नैट दुपट्टे। यह प्रोपर गर्लिश लुक है जी, ब्यूटीफुल कलर है। आइटम नंबर हैगी है जी 2, तो रेट आएगा जी 32,940। चलो भाई नेक्स्ट। लो जी आइवरी पाकिस्तानी शरारा मीडियम लेंथ शर्ट दे नाल, सारा सेल्फ मैचिंग दे विच है, कोई ओवर कंट्रास्ट नहीं है। आ देखो फैब्रिक दे लुक देखो, कलर दी लुक लिखो, और काम तो बहुत सोहना होया है। प्योर जॉर्जेट फैब्रिक आएगा जी, बेल बाजू आएंगे, पूरी बाजू इस तरह ही कटवर्क दे, मतलब मुरी बनी है, कटवर्क आएगा सारा, ते प्रोपर हैंडवर्क है, डोरी दे विच सिलिया होया। आ देखो रेशम डोरी प्लस मिरर है, स्टोन है, बाजू तो इस तरह ही मोटिफ आएंगे जी, फुल बाजू है पर बैल बैल शेप दे विच बाजू आएंगे। पूरा सॉलिड नैक मिलेगा फ्रंट के उपर, इहदी शर्ट के उपर ना सारा देखो किन्ना सोहना नैक बनिया, पर सैल्फ मैचिंग दे विच है, कोई ओवर कंट्रास्ट नहीं है, सिंगल मैचिंग आइवरी कलर के उपर, पूरा सेम टू सेम वर्क आएगा जी। आ गए शर्ट के बॉर्डर बने नीचे, एदा भी कटवर्क दे विच ही आएगा, केरा नैट लगा के ना उपर वर्क किया हैंड का, साइड चौकों से भी वर्क आएगा ये। तो नाल खासियत हैगी शरारे की, कलिया वाला शरारा है, विदाउट कैनकन वाला शरारा है, पर फुल फ्लेयर वाला है, सारी कलियां दे विच वर्क है। देखो ना नीट एंड क्लीन वर्क है, ब्यूटीफुल वर्क है, पूरे फ्लेयर से इदा ही बॉर्डर मिलेगा, प्लाजो टाइप शरारा बनया। आ देखो फुल फ्लेयर का। आ गए दी बैक, बैक थोड़ी डीप है, पर बैक से भी थानू सेम वर्क देंगे, इदा ही बॉर्डर बने जी बैक के ना, राउंड नैक के बैक बॉर्डर शर्ट का भी आएगा, अल्टीमेट लुक है जी। इंग्लिश कलर है, डिफरेंट है, तो नाल दुपट्टा देंगे फोर साइडेड कटवर्क स्टाइल च, प्योर जॉर्जेट का ही दुपट्टा आएगा, फैब्रिक प्योर जॉर्जेट है, काम भी बड़ा फाइन है जी। आ गया था दुपट्टा, ठीक है जी, दुपट्टा फोर साइड बॉर्डर आएगा। आ लो लुक देखो पीस की, मीडियम लेंथ शर्ट प्योर जॉर्जेट की, नाल आएगा शरारा कलिया वाला विद जॉर्जेट दुपट्टा। आइटम नंबर हैगी है 3, तो रेट आएगा जी 28,380। लो जी नैक्सट आर्टिकल भी पैपलम दे विच है, शॉर्ट लेंथ वाली पैपलम है, टम्मी कवर स्टाइल वाला पैपलम आएगा, कलर आएगा आइस ब्लू, ते कम देखो मिला सारा मिरर दा, टोटल रियल मिरर कटदाना एंड रेशम सीक्वन दे विच सिलिया होया। देखो ब्यूटीफुल बाजू बने ने, फैब्रिक प्योर ऑर्गेंजा आएगा, और ये उपर भी सारा सैल्फ मैचिंग दे विच है। आ देखो पूरा नीड कवर कहेगा जी, पूरे हैवी बाजू बने ने जाल टाइप दे विच, इहदा नैक आएगा वी शेप का नैक है, पर कटवर्क बनया। देखो नैक दे उपर भी सारी स्कैल्पिंग होगी, सेंटर कट वाला कंसैप्ट है भी, पैपलम जी आएगी नीचे कलिया वाली, पूरा योग ते जाल है, डिजाइनर वर्क किया जी, ये आम थानू देखने नहीं मिलेंगे, प्रोपर डिजाइनर के कंसैप्ट ने। सेंटर कट आ गया, इहदी भी फ्रंट और बैक पूरी हैवी हैगी, फुल बाजू के नाल नाल प्लाजो है ना, और जॉर्जेट का आएगा सिंपल, क्योंकि ऑलरेडी शर्ट जी है पूरी हैवी है फ्रंट एंड बैक, तो बैक देखो कितनी शानदार है, जो पाए होंगे ना फिर पता लगता भी लुक इन्हों की है की है। बैक तो इस तरह ही वी नैक आएगा, बैक थोड़ी डीप है पर कवर कर सकते, डोरी लटकन और पूरी बैक से भी सेम वर्क है। देखो ना मतलब कि बेस नजर नहीं आ रहा, इन्ना सोहना काम किया है, शॉर्ट पैपलम के नाल प्लाजो, नाल आएगा रफल दुपट्टा। लो जी आ गया था दुपट्टा, और गेंजा का ही दुपट्टा है, रफल लुक दे विच प्लेन दुपट्टा है, स्टाइलिश है, डिजाइनर है और डिफरेंट है, आइस ब्लू कलर, फैब्रिक ऑर्गेंजा प्लस जॉर्जेट आएगी जी, ते नाल ऑर्गेंजा दुपट्टा। लो लुक देखो पीस दी, ये सेलिब्रिटी स्टाइल वाले कंसेप्ट ने जी। आइटम नंबर 4, ते रेट आ गया 41,840। लो जी शॉर्ट लेंथ विद गरारा पैंट्स, सुपर कलर आएगा कोरल पिंक मजेंटा, ते बाजू ए पूरे बने ने। आ देखो कम कितना सोहना है,
सीक्वेंस है, पिट्टा है, रेशम है, मल्टी रेशम है, ब्राइट कलर के उपर ब्राइट कलर मैचिंग है, पूरा जाल मिलेगा बॉर्डर के सारा धागे का जाल है विद सीक्वेंस की हाईलाइटिंग मिलेगी। ਇਹਦਾ ਵੀ ਨੈਕ ਸਟਾਈਲ ਬੜਾ ਸੋਹਣਾ ਬਣਿਆ ਵਿਦ ਪਰਲ ਦਬਕਾ ਐਂਡ ਬੀਟਸ ਦੇ ਨਾਲ ਸਿਲਿਆ ਹੋਇਆ ਸਾਰਾ ਗੋਲਡਨ ਟੀਕ ਵਰਕ ਆਏਗਾ ਇਸ ਤਰ੍ਹਾਂ ਵੀ ਨੈਕ ਆ ਗਿਆ ਸ਼ਰਟ ਤੇ ਆਏਗਾ ਜਾਲ ਡਿਜ਼ਾਈਨਰ ਰੇਸ਼ਮ ਪਲੱਸ ਹੈਂਡ ਹੈਗਾ ਜੀ ਪਰ ਮਲਟੀ ਕਲਰ ਹੈ ਪਰ ਡਿਫਰੈਂਟ ਹੈ ਆ ਗਿਆ ਇਹਦਾ ਸ਼ਰਟ ਦਾ ਬਾਰਡਰ ਤੇ ਨੀਟ ਜਾਲ ਆਏਗਾ ਰੇਸ਼ਮ ਪਲੱਸ ਪਿੱਟੇ ਦਾ ਤੇ ਨਾਲ ਆਏਗੀ ਗਰਾਰਾ ਗਰਾਰਾ ਵੀ ਸਿੰਪਲ ਸੋਬਰ ਤੇ ਪਰ ਡਿਜ਼ਾਈਨਰ ਹੈ ਆ ਦੇਖੋ ਨਾ ਸਾਰਾ ਪਲੇਟਸ ਦੇ ਵਿੱਚ ਬਣਿਆ ਗਰਾਰਾ ਹੈ ਪਰ ਲੁੱਕ ਬਹੁਤ ਸੋਹਣੀ ਹੈਗੀ ਹੈ जागो ते पालो या मतलब मेहंदी हल्दी जिथे मर्जी ए वेयर कर लो बैक थोड़ी डीप आएगी ए प्योर जॉर्जेट के उपर सारा वर्क किया जी रेशम प्लस हैंड बैक बॉर्डर भी आ गया ते बैक ते भी जाल है ते डोरी ते लटकन फाइन फिनिशिंग मिलेगी लुक हैवी है पर वेट नहीं है और दुपट्टा देखना डिजाइनर ही दुपट्टा आएगा जॉर्जेट का ना फोर साइड बॉर्डर विद स्ट्राइप्स वाला जाल मिलेगा सेम वर्क वाला नेड़े करके दिखाना सेम वर्क वाला जाल है पूरा जाल लुक का दुपट्टा है जी ऑसम लुक है जी हॉट पिंक मजेंटा फैब्रिक प्योर जॉर्जेट है आइटम नंबर है 5 रेट आएगा 14,240 लो जी शॉर्ट शर्ट कुर्ती स्टाइल शर्ट आएगी प्योर टिश्यू फैब्रिक दे उपर कच्चे गोटे का काम सिलिया विद लैदर वर्क ते रेशम आएगा इहदा फैब्रिक दी लुक बहुत सोहनी हैगी है क्योंकि हल्की जी शाइनिंग है ना फैब्रिक ते बहुत सोहना लगता पाया आ गए इहदे स्लीव्स प्योर टिश्यू फैब्रिक है उपर काम मिलेगा सारा ब्रीक गोटे का नीड वर्क है रेशम है जरी है ते गोटा है आ देखो ना स्टाइलिश बने ने स्ट्राइप लुक दे विच जाल बने डिजाइनर बॉटनेक आएगा इहदा शर्ट का पूरा पैनल बनया जाल दे नाल ते नाल घेरे ते भी इस तरह बेलां आणगियां रेशम दियां थ्रेड दियां बेलां आणगियां जी फुल बाजू दे उपर जाल आ गया सारा गोटे का ब्रीक गोटे का काम किया प्लस रेशम ते नाल जिहड़ा इहदा प्लाजो पेंट है मतलब शर्ट टाइप प्लाजो है उहदे उपर भी तुहानू सेम ही इहदा जिगजैग स्टाइल दे विच ना गोटा वर्क मिलेगा ते बड़ा ही नीड रेशम ते सीक्वेंस दा काम मिलेगा कलर कॉम्बीनेशन पीच पिंक मोव इदा दे यूज किते ने बड़ी अच्छी लुक है बिल्कुल लाइट वेट है सोबर जेंटली कंसेप्ट हैगा आ गई इहदी बैक बैक फ्रंट दोनों बनी है बैक थोड़ी जी डीप देंगे क्योंकि बॉटनेक अच्छा लगता वेयर किया है ना बैक फ्रंट बहुत सोहनी बनी है कलर आएगा लाइट मिंट ग्रीन ते नाल दुपट्टा आएगा नेट दा कंट्रास्ट बॉर्डर वाला दुपट्टा आएगा जी आ गया इहदा दुपट्टा इस तरह ही लवेंडर कलर दा बॉर्डर है ते उपर वर्क आएगा गोटे दा सेम कलर दा नेट दा दुपट्टा आएगा जी शॉर्ट कुर्ती स्टाइल है मतलब कि शॉर्ट शर्ट दे नाल कलियां वाला शरारा प्लाजो आएगा आइटम नंबर है 6 ते रेट आएगा 17,910 लो जी इंग्लिश ब्लू कलर क्या बात है जी शॉर्ट शर्ट ट्रेडिशनल प्लस डिजाइनर फैब्रिक जॉर्जेट है काम मिलेगा सारा ज्वेलरी दा जाल भी मिलेंगे ना जिहड़े रेगुलर नहीं आणगे डिजाइनर जाल मिलेंगे आ आएगे इहदे स्लीव्स कॉम्बीनेशन देखो ब्लू दे नाल ना मोविश लवेंडर का कॉम्बीनेशन आएगा इदा ही फिनिशिंग मिलेगी पाइपिंग की बॉर्डर बने ते बूटी आएगी ते पूरा पैनल जाल आएगा शर्ट के उपर टोटल ज्वेलरी है जी गोल्ड एंड सिल्वर मिक्स करके ना बड़ा अच्छा मोटिव और कंसैप्ट डिजाइनर बने है नीचे बॉर्डर की फिनिशिंग अच्छी आएगी नाल आएगा इहदे गरारा गरारा जिहड़ा हैगा उपरों फिटिंग वाला है सेम जॉर्जेट का ही गरारा है ये उपर भी इस तरह ही लाइना दे विच सीक्वेंस एंड कटदाने का ते नीचे बॉर्डर दे पूरे फ्लेयर दी फिनिशिंग आएगी कंट्रास्ट ब्लू दे नाल मॉव दा कॉम्बीनेशन है हल्की जी कैन भी ऐड की है फ्लेयर लई ना आ गई दी बैक बैक ते राउंड नेक बने डीप आएगा थोड़ा जा पर बॉर्डर इहदे उपर तुहानू वर्क मिलेगा डोरी और लटकन सेम हैंड वर्क मिलेगा बैक बॉर्डर भी बने ये है ट्रेडिशनल प्लस डिजाइनर शॉर्ट शर्ट विद गरारा ते नाल दुपट्टे दा कॉम्बीनेशन देखो अल्टीमेट है इंग्लिश कलर कॉम्बीनेशन है ये डिफरेंट है फोर साइड बॉर्डर बने ते बूटी आएगी जी प्योर चनौन दा ही दुपट्टा आएगा जी कंट्रास्ट कॉम्बीनेशन दे विच ब्लू दे नाल लवेंडर मोविश दा कॉम्बीनेशन है आ लो कहानी है आइटम नंबर हैगी है जी 7 ते रेट आएगा 18,150 लो जी आइवरी ऑफ वाइट सुपर प्योर चनौन दा ये आर्टिकल हैगा ਇਹ ਹੈਗਾ ਜੀ ਕੁਟਕੀ ਦਬਕਾ ਸਾਰਾ ਇਹਦੀ ਫਿਨਿਸ਼ਿੰਗ ਦਿਖਾਣਾ ਸਲੀਵਸ ਦੀ ਨਾ ਇਸ ਤਰ੍ਹਾਂ ਮਲਟੀ ਕਲਰ ਵਰਕ ਹੈ ਰੇਸ਼ਮ ਦਾ ਇਹ ਤੁਹਾਨੂੰ ਪੈਚਿਸ ਨਹੀਂ ਹੈ ਕਿ ਪ੍ਰੋਪਰ ਵਰਕ ਦੇਵਾਂਗੇ ਇਸਨੇ ਸੋਹਣੇ ਸਲੀਵਸ ਦਾ ਕਲਰ ਕੰਬੀਨੇਸ਼ਨ ਦੇਖੋ ਆਈਵਰੀ ਦੇ ਉੱਪਰ ਸਕਾਈ ਐਂਡ ਯੈਲੋ ਦਾ ਕੰਬੀਨੇਸ਼ਨ ਹੈ ਫਿਰ ਉੱਪਰ ਸਾਰਾ ਹੈਂਡ ਵਰਕ ਕੀਤਾ ਹੈ ਹਲਕੀ ਹਲਕੀ ਬੂਟੀ ਮਿਲੇਗੀ ਪਿਓਰ ਚਨੌਨ ਦੇ ਉੱਪਰ ਇਸ ਤਰ੍ਹਾਂ ਹੀ ਰਾਊਂਡ ਨੈਕ ਆਏਗਾ ਦਬਕੇ ਔਰ ਮਿਰਰ ਦਾ ਸਾਰਾ ਨੀਟ ਵਰਕ ਆਏਗਾ ਜੀ ਆ ਦੇਖੋ ਕੁਟਕੀ ਔਰ ਦਬਕਾ ਸਿਲਿਆ ਸਕੈਟਡ ਦਾ ਜਾਲ ਆਏਗਾ ਮਲਟੀ ਕਲਰ ਇਸ ਤਰ੍ਹਾਂ ਹੀ ਆਈਵਰੀ ਦੇ ਉੱਪਰ ਬਾਰਡਰ ਆਣਗੇ ਨੀਚੇ ਫਿਨਿਸ਼ਿੰਗ ਲਈ ਤੇ ਜਿਹੜਾ ਸ਼ਰਾ ਉਹ ਕਲੀਆਂ ਵਾਲਾ ਆਏਗਾ ਕਲੀਆਂ ਉੱਪਰੋਂ ਸਟਾਰਟ ਹੋ ਜਾਣਗੀਆਂ ਪਿਓਰ ਚਨੌਨ ਫੈਬਰਿਕ ਹੈ ਫੁੱਲ ਫਲੇਅਰ ਦਾ ਇਹਦਾ ਸ਼ਰਾਰਾ ਹੈ ਇਸ ਤਰ੍ਹਾਂ ਹੀ ਮੋਟੀਫ ਆਣਗੇ ਪੂਰੀ ਕਲੀਆਂ ਦੇ ਵਿੱਚ
कलर जिहड़ा कॉम्बीनेशन लगाया ना उही कलर कॉम्बीनेशन आणगे शरारे दे विच। नीचे आ गया लवेंडर, उपर स्काई एंड येलो और पूरा फ्लेयर ते बॉर्डर बनिया जी। बड़ा मस्त आर्टिकल है जी, डिफरेंट है, स्टाइलिश है, ये डिजाइनर है। आ देखो ना बुटीक स्टाइल वाले कंसेप्ट थानू शो कर रहे हैं। बैक थोड़ी डीप आएगी, डोरी लटकंस एंड स्कैटेड जाल विद बॉर्डर आएगा जी नीचे। मतलब के वेयर किते पता लगेगा कि पीस पाए हुए ने, मतलब तुहाडे डंप आने वाले कंसैप्ट नहीं है, वेयर होणगे प्रॉपर। और दुपट्टे देखना, खासियत है कि दुपट्टियां दी प्योर बनारसी खड्डी का दुपट्टा आएगा सेम कलर का। चारे पासे इस तरह वीविंग वाला बॉर्डर विद वीविंग का जाल आएगा जी। आ देखो ना आ लुक आनी है, लुक देखो पीस की सुपर। शॉर्ट शर्ट के नाल शरारा, आइटम नंबर हैगी है 8 ते रेट आएगा जी 18,330। लो जी नैक्सट आर्टिकल है जी थोड़ी लोंग शर्ट, ये पाकिस्तानी कंसैप्ट है, पीकॉक ब्लू कलर के उपर। सारा दबके का जाल ते मिरर का जाल आएगा, एदा भी कॉम्बीनेशन च आएगा दुपट्टा। फुल बाजू है, इस तरह पूरा बॉर्डर ते बूटी बने, बूटी का जाल आएगा, दबका एंड परल ते नाल मिरर की सारी सैटिंग हैगी जी। पाइपिंग दे नाल फिनिशिंग होगी, प्रोपर जाल मिलेगा डिजाइनर दे विच। ए सारा हैंडवर्क दे विच सिलिया होया है। नीचे इस तरह कटदाने दीयां लेसिस आनगियां विद पल दी, पूरा सॉलिड बॉर्डर बनिया नाल कलियां वाला इहदा शरारा आएगा, शरारा आएगा प्लेन, बस नीचे फ्लेयर ते फिनिशिंग आएगी इस तरह कटवर्क दी ना, फुल फ्लेयर दा शरारा है। लोंग शर्ट दे नाल बैक फ्रंट दोनों बनी है, बैक इस तरह डीप आएगी, मटका नैक बनिया बैक ते, ब्यूटीफुल आर्टिकल है। सेम हैंडवर्क दे विच लटकन डोरी ते नाल बैक बॉर्डर भी आएगा, ऑसम लुक हैगी जी। पीकॉक ब्लू कलर आएगा, पीकॉक ब्लू ते फैब्रिक आएगा जॉर्जेट विद नेट दुपट्टा, फोर साइड बॉर्डर आएगा दुपट्टे का, चारे पास इस तरह बॉर्डर बने, स्काई ब्लू कलर का दुपट्टा है, डार्क ब्लू दे नाल स्काई ब्लू का कॉम्बीनेशन है। आलो लुक देखो पीस दी, ये प्रोपर पार्टीवेयर वाले कंसैप्ट ने जी। लो आइटम नंबर हैगी है 9 ते रेट आएगा जी 24,920। लो जी लवेंडर मोव सुपर, शॉर्ट शर्ट सारा टोन टू टोन शॉर्ट शर्ट है, पर कटदाना प्लस मिरर ते परल। आ देखो ना बोट नेक आ गया, पहले बाजू दिखाना, सेम इस तरह पल का बॉर्डर बनया ते कटदाने का, पर सेल्फ मैचिंग दे विच है, हल्की हल्की स्कैटर्ड आएगी बाजू के उपर ते राउंड बोट नेक आएगा इहदा सॉलिड, इस तरह ही सारा हैंडवर्क च बनया और कटदाने का जाल आएगा टोटल इहदे शर्ट के उपर। फैब्रिक है जॉर्जेट ते चिनोन का इहदा गरारा आएगा, सेम इस तरह ही शर्ट ते बॉर्डर बनया ते गरारा जिहड़ा है ना जी वह चिनोन का, सॉरी आलो आ देखो जी सुपर आर्टिकल है, शॉर्ट शर्ट दे नाल गरारा। आ गए दी बैक, बैक इस तरह डीप आएगी ते बैक ते भी तुहानू सेम वर्क मिलेगा, नाल आएगा चनौन दा दुपट्टा, कलर हैगा लवेंडर पिंक। आलो देखो ना सुपर आर्टिकल हैगा जी, शॉर्ट शर्ट विद गरारा नाल चारे पासे बॉर्डर बने दुपट्टे दा, प्योर चनौन दे उपर हल्की हल्की बूटी भी आएगी जी। आलो लुक देखो ऑसम लुक है जी। लो जी आइटम नंबर हैगी है 10 ते रेट आएगा जी 17,800। लो जी प्योर माइक्रो वेलवेट आ गई जी, पेंट वाला कंसेप्ट आ गया दबका वर्क का, फुल बाजू मिलेंगे प्योर माइक्रो वेलवेट के उपर, हल्का जहा ना बाजू ते इस तरह फिनिशिंग हैगी है, पीकॉक ब्लू कलर आएगा जी ते नाल इहदे उपर मिलेगा दबके का मोटिफ, इस तरह फ्लावर ना बूटा बनिया दबके का पल का सिकवन का, इस तरह ही इहदा वी नैक आ गया सॉलिड नैक बनिया, टोटल एंटीक दबका है जी, बाकी प्लेन है, बाजू ते काम है, गले ते काम है ते नाल जिहड़ी पेंट है ना वह फुल वर्क वाली आएगी, फुली रेडी टू वेयर है, सारा जरी पिटे और सिगमन दे विच है, कंसेप्ट प्रोपर गर्लिश है। पीकॉक ब्लू आ गई है दी बैक, बैक हाई नैक दे विच है, बैक बॉर्डर विद बूटा आएगा जी, क्योंकि लिमिटेड ऑडिशन होंगी इन्हों की, लिमिटेड ही पीसिस आते हैं और सेल होंगे ने बड़े फास्ट सेलिंग हैगी है इन्हों की। आ देखो ना लुक, मतलब मीडियम लेंथ की शर्ट विद पेंट हैगी है ते नाल आएगा ऑर्गेंजा का दुपट्टा, सेम कलर का ना चारे पासे बॉर्डर बनया विद वर्क वाली पेंट हैगी है, शर्ट लाइट है ते पेंट के उपर तुहानू प्रोपर वर्क मिलेगा जी, सेम एंकल लेंथ पेंट आएगी इहदी। लो प्योर माइक्रो वेलवेट आइटम नंबर 11 ते रेट आएगा जी 14,240। लो जी आ गया जी मल्टी कलर वाला प्लाजो शरारा, शॉर्ट शर्ट पाकिस्तानी स्टाइल दी, कलर आएगा जी कोरल पिंक, गाजरी पिंक ते स्टैप वाला एक कंसेप्ट है, अगर स्टैप नहीं चाहिए तो स्लीव्स लग जाएंगे ब्रॉड करके, इस तरह ही स्वीट हार्ट नेक बनिया पर पूरा जाल है नीड एंड क्लीन, देखो ना स्टोन सीक्वेंस एंड जरी का सारा प्योर जोड़ जोड़ के उपर नीड वर्क किया, नीचे सॉलिड बॉर्डर आएगा
ਇਹਦੇ ਉੱਪਰ ਵੀ ਤੁਹਾਨੂੰ ਸਾਰਾ ਹੈਂਡਵਰਕ ਮਿਲੇਗਾ ਜੀ। ਨਾਲ ਆ ਗਿਆ ਗਾਜਰੀ ਪਿੰਕ ਕਲਰ ਦੀ ਸ਼ਰਟ ਹੈ ਤੇ ਸ਼ਰਾਰਾ ਜਿਹੜਾ ਹੈਗਾ ਨਾ ਕੰਟਰਾਸਟ ਕੋਂਬੀਨੇਸ਼ਨ ਚ ਆਏਗਾ, ਕਲੀਆਂ ਵਾਲਾ ਪਲਾਜ਼ੋ ਟਾਈਪ ਸ਼ਰਾਰਾ ਹੈ, ਜਿੱਦਾਂ ਕਿ ਇੱਕ ਕਲੀ ਆ ਗਈ ਗਾਜਰੀ ਦੀ, ਇੱਕ ਆ ਗਈ ਔਰੇਂਜ ਪਿੰਕ, ਇਦਾਂ ਦਾ ਕੋਂਬੀਨੇਸ਼ਨ ਹੈ। ਫੁੱਲ ਫਲੇਅਰ ਤੇ ਆਲ ਓਵਰ ਵਰਕ ਵਾਲਾ ਇਹਦਾ ਸ਼ਰਾਰਾ ਪਲਾਜ਼ੋ ਬਣਿਆ। ਸ਼ੋਰਟ ਸ਼ਰਟ ਹੈਗੀ ਹੈ, ਸਮਾਰਟ ਫਿਟਿੰਗ ਦੀ ਸ਼ਰਟ ਹੈ, ਸਲੀਵਸ ਨਾਲ ਆਏ ਨੇ, ਲੱਗ ਜਾਣਗੇ। ਦੇਖੋ ਸਲੀਵ ਤਾਂ ਫੈਬਰਿਕ ਨਾਲ ਹੈ ਪਰ ਬੈਕ ਵੀ ਦੇਖੋ ਨਾ ਕਿੰਨੀ ਪਿਆਰੀ ਬਣੀ ਹੈ, ਕਲਰਫੁੱਲ ਹੈ, ਡਿਜ਼ਾਈਨਰ ਹੈ ਤੇ ਡਿਫਰੈਂਟ ਹੈ। ਇਹ ਪ੍ਰੋਪਰ ਗਰਲਿਸ਼ ਹੈ ਜੀ, ਜਿੱਦਾਂ ਕਿ ਮਤਲਬ ਕਹਿੰਦੇ ਨਾ ਥੋੜਾ ਡਿਜ਼ਾਈਨਰ ਚਾਹੀਦਾ ਤੇ ਕਲਰਫੁੱਲ ਚਾਹੀਦਾ ਤੇ ਬ੍ਰਾਈਟ ਕਲਰ ਕੋਂਬੀਨੇਸ਼ਨ। ਉਹ ਆ ਗਿਆ ਦੁਪੱਟਾ, ਸੁਪਰ ਆਰਟੀਕਲ ਹੈ ਜੀ, 4 ਸਾਈਡ ਬਾਰਡਰ ਵਿਦ ਜਾਲ ਆਏਗਾ, ਕ੍ਰੋਸ ਜਾਲ ਦੁਪੱਟੇ 'ਚ, ਇਦਾਂ ਹੀ ਟਸਲਸ ਆਣਗੇ, ਪ੍ਰੋਪਰ ਗਰਲਿਸ਼ ਪਲੱਸ ਡਿਜ਼ਾਈਨਰ ਜੀ। ਲੁੱਕ ਦੇਖੋ ਪੀਸ ਜੀ, ਸ਼ੋਰਟ ਸ਼ਰਟ ਦੇ ਨਾਲ ਕਲੀਆਂ ਵਾਲਾ ਸ਼ਰਾਰਾ ਪਲਾਜ਼ੋ। ਆਈਟਮ ਨੰਬਰ ਹੈਗੀ ਹੈ 12 ਤੇ ਰੇਟ ਆਏਗਾ ਜੀ 20,620। ਲਿਆ ਬੇਟਾ ਯੈਲੋ ਪੈਪਲਮ, ਥੋੜੀ ਮੀਡੀਅਮ ਲੈਂਥ ਦੀ ਪੈਪਲਮ ਹੈ, ਇਹਦਾ ਵੀ ਕਨਸੈਪਟ ਜਿਹੜਾ ਹੈ ਨਾ ਬ੍ਰਾਈਟ ਯੈਲੋ ਕਲਰ ਆਏਗਾ, ਪਿਓਰ ਔਰਗੈਂਜ਼ਾ ਫੈਬਰਿਕ ਦੇ ਉੱਪਰ ਇਹਦੀ ਪੈਪਲਮ ਬਣੀ ਹੈ, ਪਰ ਕੰਮ ਦੇਖਣਾ ਸਾਰਾ ਪੱਲ ਔਰ ਬੀਟਸ ਦਾ। ਫੁੱਲ ਬਾਜ਼ੂ ਹੈ ਪਰ ਪੂਰੇ ਹੈਵੀ ਲੁੱਕ ਬਣੇ ਨੇ, ਪਰਲ ਹੈਗਾ, ਬੀਟਸ ਹੈਗਾ ਤੇ ਦਫਕਾ, ਕੰਮ ਦੀ ਕੁਆਲਿਟੀ ਮਿਲੇਗੀ ਤੁਹਾਨੂੰ ਸਾਡੇ ਕੋਲੋਂ, ਫਿਨਿਸ਼ਿੰਗ ਮਿਲੇਗੀ। ਵੀ ਨੈਕ ਆ ਗਿਆ ਪੂਰੇ ਯੋਕ ਤੇ, ਇੱਦਾਂ ਹੀ ਡਿਜ਼ਾਈਨਰ ਜਾਲ ਆਏਗਾ ਬੁਟੀਕ ਸਟਾਈਲ ਦਾ, ਇਹਦਾ ਕਨਸੈਪਟ ਹੈ। ਨਾਲ ਆ ਗਈ ਹੈ ਬੈਲਟ ਤੇ ਹਲਕਾ ਜਿਹਾ ਸੈਂਟਰ ਕੱਟ ਆਏਗਾ, ਲੌਂਗ ਪੈਪਲਮ ਹੈਗੀ ਹੈ, ਨਾ ਸ਼ੋਰਟ ਹੈ ਨਾ ਮਤਲਬ ਕਿ ਮੀਡੀਅਮ ਹੈ, ਮਤਲਬ ਮੀਡੀਅਮ ਲੈਂਥ ਦੀ ਕਹਿ ਸਕਦੇ ਆਪਾਂ, ਮਤਲਬ ਟੰਮੀ ਕਵਰ ਜਿੱਦਾਂ ਕਿ ਸ਼ੋਰਟ ਸ਼ਰਟ ਆਉਂਦੀ ਹੈ ਉਦਾਂ ਦੀ ਪੈਪਲਮ ਬਣੀ ਹੈ। ਆਹ ਦੇਖੋ ਬਿਊਟੀਫੁਲ ਵਰਕ ਹੈਗਾ, ਸਾਰਾ ਪਰਲ ਐਂਡ ਬੀਟਸ ਦਾ ਸੈਂਟਰ ਕੱਟ ਨਾਲ ਜੋਰਜਟ ਦਾ ਨਾ ਕਲੀਆਂ ਵਾਲਾ ਪਲਾਜ਼ੋ ਟਾਈਪ ਸ਼ਰਾਰਾ ਮਿਲੇਗਾ, ਫੁੱਲ ਫਲੇਅਰ ਦਾ ਕਲਰ ਆਏਗਾ, ਪ੍ਰੋਪਰ ਬ੍ਰਾਈਟ ਯੈਲੋ। ਬੈਕ ਫਰੰਟ ਦੋਨੋਂ ਬਣੀ ਹੈ, ਬੈਕ ਤੇ ਇਸ ਤਰ੍ਹਾਂ ਹੀ ਮਟਕਾ ਮਤਲਬ ਕੀ ਹੋਲ ਬਣਿਆ ਹੈ, ਬੈਕ ਦੇ ਉੱਪਰ ਵੀ ਸੇਮ ਵਰਕ ਹੈ, ਬੈਲਟ ਆ ਗਈ ਨਾਲ, ਬੜਾ ਮਤਲਬ ਕਿ ਫਰੰਟ ਬੈਲਟ ਪੂਰੀ ਹੈਵੀ ਹੈਗੀ ਹੈ, ਫੁੱਲ ਸਲੀਵ ਤੇ ਵਰਕ ਹੈ, ਪ੍ਰੋਪਰ ਸੈਲੀਬ੍ਰਿਟੀ ਸਟਾਈਲ ਵਾਲਾ ਕਨਸੈਪਟ ਹੈ। ਤੇ ਨਾਲ ਡਿਜ਼ਾਈਨਰ ਦੁਪੱਟਾ ਆਏਗਾ, ਰਫਲ ਵਾਲਾ ਦੁਪੱਟਾ ਦੇਖੋ, ਪਿਓਰ ਜੋਰਜਟ ਦਾ ਦੁਪੱਟਾ ਹੈ ਰਫਲ ਦੇ ਵਿੱਚ। ਆ ਲਓ ਜੀ ਗਰਲਿਸ਼ ਪਲੱਸ ਡਿਜ਼ਾਈਨਰ, ਆ ਲਓ ਕਹਾਣੀ ਹੈ ਜੀ, ਜਿੱਦਾਂ ਕਿ ਤੁਸੀਂ ਮੂਵੀ ਦੇ ਵੀ ਦੇਖਣਾ ਸੈਲੀਬ੍ਰਿਟੀ ਕਨਸੈਪਟ, ਇਹ ਉਹ ਵਾਲੀ ਚੀਜ਼ਾਂ ਨੇ। ਸ਼ੋਰਟ ਪੈਪਲਮ ਵਿਦ ਕਲੀਆਂ ਵਾਲਾ ਸ਼ਰਾਰਾ, ਆਈਟਮ ਨੰਬਰ ਹੈਗੀ ਹੈ 13 ਤੇ ਰੇਟ ਆਏਗਾ 24,920। ਲਓ ਜੀ ਮੀਡੀਅਮ ਲੈਂਥ ਨਾਰ ਕਲੀ ਵਿਦ ਪਲਾਜ਼ੋ, ਇੱਕ ਫੈਬਰਿਕ ਜਿਹੜਾ ਆਏਗਾ ਰੋ ਸਿਲਕ ਹੈ ਜੀ। ਇਹ ਐਕਚੁਲੀ ਜਿਹੜੇ ਡਿਜ਼ਾਈਨ ਨੇ ਨਾ ਇਹ ਡਿਜ਼ਾਈਨਰ ਦੇ ਕਨਸੈਪਟ ਨੇ, ਜਿੱਦਾਂ ਕਿ ਸਲੀਵਸ ਦੇਖੋ ਪੂਰੇ ਨੈੱਟ ਦੇ ਬਣੇ ਨੇ, ਸੀ ਥਰੂ ਹੋਣਗੇ, ਪਰ ਬਿਊਟੀਫੁਲ ਵਰਕ ਹੈ, ਸਾਰਾ ਜਿਊਲਰੀ ਦਾ ਕੰਮ ਕੀਤਾ ਹੈ। ਟੋਟਲ ਹੈਵੀ ਬਾਜ਼ੂ ਬਣੇ ਨੇ, ਜਾਲ ਟਾਈਪ ਦੇ ਬਾਜ਼ੂ ਆ ਗਏ, ਵੀ ਨੈਕ ਆ ਗਿਆ ਸੋਲਿਡ। ਇਹਦੀ ਖਾਸੀਅਤ ਕੀ ਹੈ, ਕਲੀਆਂ ਸ਼ੋਲਡਰ ਤੋਂ ਸਟਾਰਟ ਹੋ ਜਾਣਗੇ ਰੋ ਸਿਲਕ ਦੀਆਂ, ਸਾਰੀ ਕਲੀਆਂ ਦੇ ਵਿੱਚ ਵਰਕ ਮਿਲੇਗਾ ਤੁਹਾਨੂੰ। ਦੇਖੋ ਟੋਟਲ ਹੈਂਡ ਦੇ ਵਿੱਚ ਸਿਲਿਆ ਜੀ, ਕੋਈ ਵੀ ਇਹਦੇ 'ਚ ਮਸ਼ੀਨ ਦਾ ਟੱਚ ਨਹੀਂ ਆਏਗਾ, ਠੀਕ ਹੈ ਨਾ, ਪੂਰਾ ਹੈਂਡ ਵਰਕ ਕੀਤਾ ਸਾਰਾ, ਕੁੰਦਨ ਕ੍ਰਿਸਟਲ ਮਿਰਰ ਔਰ ਕਟਦਾਨੇ ਦੇ ਵਿੱਚ, ਫੁੱਲ ਹੈਵੀ ਲੁੱਕ ਕਨਸੈਪਟ ਹੈ। ਨੀਚੇ ਜਿਹੜਾ ਪਲਾਜ਼ੋ ਹੈ ਉਹ ਚਨੌਨ ਦਾ ਆਏਗਾ ਵਿਦਆਊਟ ਕੈਨਕੈਨ, ਇਹਦੇ ਉੱਪਰ ਵੀ ਤੁਹਾਨੂੰ ਪੂਰਾ ਮਤਲਬ ਵਰਕ ਮਿਲੇਗਾ, ਜਾਲ ਤੇ ਬਾਰਡਰ ਦੀ ਫਿਨਿਸ਼ਿੰਗ ਆ ਗਈ, ਫਰੰਟ ਬੈਕ ਦੋਨੋਂ ਬਣੇ ਆ। ਆਹ ਦੇਖੋ ਨਾ ਬੈਕ ਤੇ ਵੀ ਨਾ ਤੁਹਾਨੂੰ ਵਰਕ ਦੇਵਾਂਗੇ, ਪਲੇਨ ਨਹੀਂ ਦੇਵਾਂਗੇ, ਇਸ ਤਰ੍ਹਾਂ ਹੀ ਮਟਕਾ ਨੈਕ ਆ ਗਿਆ ਬੈਕ ਦਾ, ਤੇ ਚਾਰੇ ਪਾਸੇ ਤੁਹਾਨੂੰ ਸੇਮ ਹੈਂਡ ਵਰਕ ਮਿਲੇਗਾ, ਡੋਰੀ ਲਟਕਣ ਤੇ ਹਲਕੇ ਹਲਕੇ ਸਕੈਟਰਡ, ਤੇ ਕਲੀਆਂ ਦੇ ਵਿੱਚ ਵੀ ਪੂਰਾ ਵਰਕ ਹੈਗਾ ਜੀ। ਕਲਰ ਆਏਗਾ ਮਿੰਟ ਗ੍ਰੀਨ ਤੇ ਦੁਪੱਟਾ ਜਿਹੜਾ ਆਏਗਾ ਨਿੱਟ ਦਾ ਜੀ, ਐਲੀਗੈਂਟ ਬਾਰਡਰ ਵਾਲਾ ਸੇਮ ਸੀਕੁਐਂਸ ਵਰਕ ਦਾ ਨਾ ਇਸ ਤਰ੍ਹਾਂ ਦੁਪੱਟਾ ਆਏਗਾ, ਹਲਕੀ ਹਲਕੀ ਸੀਕੁਐਂਸ ਦੁਪੱਟੇ 'ਚ ਵੀ ਆਏਗੀ, ਪਿਓਰ ਰੋ ਸਿਲਕ ਵਿਦ ਚਨੌਨ ਦਾ ਪਲਾਜ਼ੋ ਹੈ। ਸੁਪਰ, ਕਿਆ ਬਾਤ ਹੈ। ਲਓ ਜੀ ਲੁੱਕ ਦੇਖੋ, ਬੜੀ ਸ਼ਾਨਦਾਰ ਹੈ, ਪਾਏ ਹੋਏ ਤਾਂ ਬਹੁਤ ਸੋਹਣੇ ਲੱਗਣੇ ਨੇ। ਅਲਟੀਮੇਟ ਆਰਟੀਕਲ ਹੈ ਜੀ, ਆਈਟਮ ਨੰਬਰ 14 ਤੇ ਰੇਟ ਆਏਗਾ 34,030। ਲਓ ਜੀ ਫੁੱਲ ਟ੍ਰੈਡੀਸ਼ਨਲ ਪਲੱਸ ਡਿਜ਼ਾਈਨਰ, ਪ੍ਰੋਪਰ ਬ੍ਰਾਈਡਲ ਲੁੱਕ ਵਾਲੇ ਸ਼ਰਾਰੇ ਗਰਾਰੇ, ਇਹ ਪਾਕਿਸਤਾਨੀ ਕਨਸੈਪਟ ਹੈਗਾ। ਕਲਰ ਆਏਗਾ ਬਾਵਾ ਪੀਚ, ਫੈਬਰਿਕ ਆਏਗਾ ਇਹਦਾ ਪਿਓਰ ਸਿਲਕ ਦੇ ਉੱਪਰ, ਕੰਮ ਇਹਦਾ ਕੀ ਹੈ ਜਿਹੜਾ ਸਾਰਾ ਪਰਲ ਰੇਸ਼ਮ ਮਿਰਰ ਐਂਡ ਜ਼ਰੀ ਐਂਡ ਦਬਕਾ, ਫੁੱਲ ਬਾਜ਼ੂ ਐਮਬਰੋਡਰਡ ਜਾਲ ਆਏਗਾ ਜੀ, ਇਹਦਾ ਵੀ ਵੀ ਨੈਕ ਬਣਿਆ, ਟ੍ਰੈਂਡੀ ਨੈਕ ਹੈਗਾ, ਕਨਸੈਪਟ ਦੇ ਡਿਜ਼ਾਈਨਰ ਵਰਕ ਮਿਲੇਗਾ ਪ੍ਰੋਪਰ ਸ਼ਰਟ ਦੇ ਉੱਪਰ, ਪੂਰਾ ਜਾਲ ਹੈ ਨਾ ਉਹ ਸਾਰਾ ਡਿਜ਼ਾਈਨਰ ਹੈ, ਕੋਈ ਰੈਗੂਲਰ ਜਾਲ ਨਹੀਂ ਦਿਆਂਗੇ, ਚੌਕਾਂ ਤੇ ਵੀ ਤੁਹਾਨੂੰ ਵਰਕ ਮਿਲੇਗਾ, ਨੀਚੇ ਘੇਰੇ ਤੇ ਸ਼ਰਾਰਾ ਜਿਹੜਾ ਹੈਗਾ ਫੁੱਲੀ ਵਰਕ ਵਾਲਾ, ਸਕੈਟਰਡ ਦਾ ਜਾਲ ਹੈ ਸ਼ਰਾਰੇ 'ਚ ਫੁੱਲ ਕਲੀਆਂ ਦੇ ਵਿੱਚ, ਇਹਦੀ ਬਾਰਡਰ ਦੀ ਫਿਨਿਸ਼ਿੰਗ ਨਾ ਸਾਰੀ ਹੈਂਡ ਵਰਕ ਨਾਲ ਦਿੱਤੀ ਹੋਈ ਹੈ, ਸੇਮ ਫੈਬਰਿਕ ਸਿਲਕ ਦਾ ਹੀ ਸ਼ਰਾਰਾ ਜੀ। ਸ਼ੋਰਟ ਸ਼ਰਟ ਹੈਗੀ ਸਮਾਰਟ ਫਿਟਿੰਗ ਦੀ, ਬੈਕ ਆ ਗਈ, ਬੈਕ ਨੈਕ ਆ ਗਿਆ 20, ਬੈਕ ਤੇ ਵੀ ਤੁਹਾਨੂੰ ਸੇਮ ਵਰਕ ਹੈ, ਬੈਕ ਤੇ ਬਾਰਡਰ ਮਿਲੇਗਾ ਤੇ ਚੌਕਾਂ ਤੇ ਵੀ ਵਰਕ ਆਏਗਾ। ਮੈਂ ਕਹਿੰਦਾ ਪੀਸ ਅਲਟੀਮੇਟ ਲੁੱਕ ਵਾਲੇ ਕਨਸੈਪਟ ਨੇ, ਕਲਰ ਵੀ ਡਿਫਰੈਂਟ ਨੇ, ਪੂਰਾ ਹੈਵੀ ਲੁੱਕ ਕਨਸੈਪਟ ਹੈ, ਸ਼ੋਰਟ ਸ਼ਰਟ ਵਿਦ ਸ਼ਰਾਰਾ ਤੇ ਨਾਲ ਨੈਟ ਦਾ ਦੁਪੱਟਾ, ਇਹਦੇ ਉੱਪਰ ਵੀ ਤੁਹਾਨੂੰ ਸੇਮ ਵਰਕ ਦਾ ਨਾ ਬਾਰਡਰ ਮਿਲੇਗਾ ਚਾਰੇ ਪਾਸੇ, ਸੇਮ ਕਲਰ ਦਾ ਹੀ ਦੁਪੱਟਾ ਜੀ। ਆ ਲਓ ਲੁੱਕ ਦੇਖੋ, ਬਾਵਾ ਪੀਚ ਕਲਰ, ਲਓ ਜੀ ਫੈਬਰਿਕ ਪਿਓਰ ਸਿਲਕ ਹੈ, ਆਈਟਮ ਨੰਬਰ ਹੈਗੀ ਹੈ 15
ਤੇ ਰੇਟ ਆਏਗਾ 32,400। ਲੋ ਜੀ ਬਲੈਕ ਜੈਟ ਬਲੈਕ ਸ਼ੋਰਟ ਸ਼ਰਟ ਵਿਦ ਸਕੈਲਪਿੰਗ ਵਰਕ, ਕਿਆ ਬਾਤ ਹੈ ਜੀ। ਬਲੈਕ ਇਨਟੂ ਗੋਲਡ, ਬਾਜੂ ਦੇਖਣਾ ਕੱਟ ਵਰਕ ਸਟਾਈਲ ਦੇ ਨਾ, ਕਿੰਨੇ ਸੋਹਣੇ ਸਲੀਵਸ ਬਣੇ ਨੇ ਕੱਟ ਵਰਕ ਉਹਦੇ ਵਿੱਚ। ਇਸ ਤਰ੍ਹਾਂ ਹੀ ਪੂਰਾ ਦਬਕੇ ਦਾ ਵਰਕ ਆਏਗਾ, ਪਲ ਦਾ, ਦਬਕੇ ਦਾ, ਜ਼ਰੀ ਦਾ, ਪੂਰਾ ਜਾਲ ਹੈ। ਰਾਊਂਡ ਨੈਕ ਆਏਗਾ, ਬੋਟ ਨੈਕ ਇਹਦਾ ਵੀ, ਤੇ ਸ਼ਰਟ ਤੇ ਵੀ ਜਾਲ ਮਿਲੇਗਾ ਸਿਲਕ ਦੇ ਉੱਪਰ। ਇਹ ਬਲੈਕ ਇਨਟੂ ਗੋਲਡ ਦੀ ਮੈਚਿੰਗ ਹੈਗੀ ਸਾਰੀ ਜੀ। ਇਹਦਾ ਘੇਰਾ ਵੀ ਇਸ ਤਰ੍ਹਾਂ ਹੀ ਕੱਟ ਵਰਕ ਦੇ ਵਿੱਚ ਮਿਲੇਗਾ, ਸਾਰਾ ਦਬਕਾ ਪਲੱਸ ਪਰਲ ਐਂਡ ਸੀਕਵਨ ਦਾ ਕੰਮ ਹੈ ਜੀ। ਨਾਲ ਕਲੀਆਂ ਵਾਲਾ ਇਹਦਾ ਇਸ਼ਾਰਾ ਆਏਗਾ। ਇਸ਼ਾਰੇ ਦੀ ਲੁੱਕ ਵੀ ਬੜੀ ਘੈਂਟ ਹੈ ਜੀ, ਆਹ ਦੇਖੋ ਨਾ ਇਸ਼ਾਰੇ ਦੇ ਵਰਕ, ਮਤਲਬ ਬਲੈਕ ਐਂਡ ਗੋਲਡ ਦਾ ਕੋਂਬੀਨੇਸ਼ਨ ਬਹੁਤ ਸੋਹਣਾ ਹੈਗਾ। ਪੂਰੇ ਫਲੇਅਰ ਤੇ ਬਾਰਡਰ ਹੈ, ਸਾਰੀ ਕਲੀਆਂ ਦੇ ਵਿੱਚ ਵਰਕ ਹੈ, ਫੈਬਰਿਕ ਦੀ ਲੁੱਕ ਬੜੀ ਆਪਣੀ ਹੈ, ਤੇ ਬੈਕ ਦੇਖੋ, ਬੈਕ ਇਸ ਤਰ੍ਹਾਂ ਹੀ ਡੀਪ ਆਏਗੀ ਜੀ। ਬੈਕ ਤੇ ਵੀ ਬਾਰਡਰ, ਤੇ ਪੂਰਾ ਸੋਲਿਡ ਬੈਕ ਤੇ ਸ਼ਰਟ ਤੇ ਵੀ ਬਾਰਡਰ ਮਿਲੇਗਾ ਜੀ। ਮਤਲਬ ਪ੍ਰੋਪਰ ਹੈਵੀ ਲੁੱਕ ਵਾਲੇ ਤੇ ਬ੍ਰਾਈਡਲ ਲੁੱਕ ਵਾਲੇ ਸ਼ਰਾਰੇ ਗਰਾਰੇ ਨੇ ਜੀ। ਨਾਲ ਨੈਟ ਦੇ ਦੁਪੱਟੇ ਐਲੀਗੈਂਟ, ਕਿਉਂਕਿ ਸ਼ਰਟ ਦੀ ਫਰੰਟ ਬੈਕ ਦੋਨੋਂ ਬਣੀ ਹੈ, ਸ਼ਰਾਰੇ ਵਰਕ ਵਾਲਾ, ਤੇ ਦੁਪੱਟਾ ਲਾਈਟ ਹੀ ਸੋਹਣਾ ਲੱਗੇਗਾ। ਲੁੱਕ ਦੇਖੋ ਕਿੰਨੀ ਸ਼ਾਨਦਾਰ ਹੈਗੀ ਹੈ। ਬਲੈਕ ਇਨਟੂ ਗੋਲਡ ਜੈਟ ਬਲੈਕ, ਆਈਟਮ ਨੰਬਰ 16, ਤੇ ਰੇਟ ਹੈਗਾ ਜੀ 32,050। ਲਓ ਜੀ ਹੁਣ ਆ ਗਏ ਜੀ 2-ਪੀਸ ਲਹਿੰਗਾ ਚੋਲੀ ਗਰਲਿਸ਼ ਵਾਲੇ, ਜਿਹੜੇ ਕਹਿੰਦੇ ਆ ਕਿ ਬਲਾਊਜ਼ ਵਰਕ ਵਾਲਾ ਹੋਵੇ, ਬਾਕੀ ਲਹਿੰਗਾ ਸਿੰਪਲ ਹੋਵੇ, ਇਹ ਉਹੀ ਕਨਸੈਪਟ ਹੈਗੇ ਨੇ। ਬਲੈਕ ਕਲਰ ਦੀ ਨਾ ਅਲਟਰ ਨੈਕ ਸਟਾਈਲ ਦੇ ਵਿੱਚ ਹਾਈ ਨੈਕ ਵਾਲੀ ਇਹ ਚੋਲੀ ਹੈ, ਪਰ ਕੰਮ ਦੇਖੋ ਮਲਟੀ ਕਲਰ ਸੀਕੁਐਂਸ ਹੈ ਬਲੈਕ ਦੇ ਉੱਪਰ। ਇਹ ਸਾਰੀ ਸੀਕੁਐਂਸ ਹੈ, ਐਮਬਰਾਇਡਰੀ ਹੈ ਜੀ, ਬਲੈਕ ਇਨਟੂ ਬਲੈਕ ਵੀ ਹੈ ਤੇ ਕਲਰਫੁੱਲ ਵੀ ਹੈ ਤੇ ਡਿਜ਼ਾਈਨਰ ਵੀ ਹੈ। ਇਹ ਵਿਦਆਊਟ ਸਲੀਵਸ ਵਾਲਾ ਕੋਂਬੀਨੇਸ਼ਨ ਹੈ ਜੀ। ਦੇਖੋ ਕਿੰਨਾ ਸੋਹਣਾ ਇਹਦਾ ਬਲਾਊਜ਼ ਬਣਿਆ, ਟੰਮੀ ਕਵਰ, ਤੇ ਬੈਕ ਇੱਦਾਂ ਹੀ ਬਣੀ ਹੈ, ਡੋਰੀ ਵਾਲੀ ਬੈਕ ਹੈ, ਤੇ ਕਲਰਫੁੱਲ ਲਹਿੰਗਾ ਆਏਗਾ। ਦੇਖੋ ਕਰੇਪ ਦਾ ਨਾ ਪਿਓਰ ਮਲਟੀ ਕਲਰ ਇਸ ਤਰ੍ਹਾਂ ਇਹਦੇ ਨਾ ਪ੍ਰਿੰਟਿੰਗ ਹੈਗੀ ਹੈ ਸਾਰੀ, ਵਿਦ ਕੈਨਕੈਨ ਫੁੱਲ ਫਲੇਅਰ ਵਾਲਾ ਲਹਿੰਗਾ, ਡਬਲ ਇਹਦੇ ਕੈਨਕੈਨ ਆਏਗੀ ਜੀ। ਗਰਲਿਸ਼ ਔਰ ਸਮਾਰਟ ਫਿਟਿੰਗ ਦਾ ਇਹ ਲਹਿੰਗਾ ਚੋਲੀ ਹੈ, ਕਲਰਫੁੱਲ ਪਲੱਸ ਡਿਜ਼ਾਈਨਰ, ਬਲੈਕ ਇਨਟੂ ਕਲਰ ਕੋਂਬੀਨੇਸ਼ਨ ਦੇਖੋ, ਸਾਰੇ ਰੈੱਡ, ਮਜੈਂਟਾ, ਗ੍ਰੀਨ, ਇੱਦਾਂ ਦੇ ਕੋਂਬੀਨੇਸ਼ਨ ਆਣਗੇ। ਨਾਲ ਆਏਗਾ ਬਲੈਕ ਦੁਪੱਟਾ, ਬੈਕਲੈਸ ਹੈ, ਬੈਕ ਤੇ ਹਲਕੀ ਜੀ ਬੈਲਟ ਆਏਗੀ ਜੀ, ਕਿਉਂਕਿ ਗਰਲਿਸ਼ ਆਰਟੀਕਲ ਹੈ ਨਾ, ਡਿਜ਼ਾਈਨਰ ਲੁੱਕ ਦਾ ਕਨਸੈਪਟ ਹੈ, ਕਲਰਫੁੱਲ ਵੀ ਹੈ ਔਰ ਡਿਫਰੈਂਟ ਵੀ ਹੈ। ਨਾਲ ਨੈੱਟ ਦਾ ਦੁਪੱਟਾ ਦਿਆਂਗੇ, ਇਸ ਤਰ੍ਹਾਂ ਹੀ ਕਲਰਫੁੱਲ ਬਾਰਡਰ ਆਏਗਾ ਦੁਪੱਟੇ ਦੇ ਉੱਪਰ। ਦੇਖੋ ਨਾ ਸੇਮ ਫੈਬਰਿਕ ਦਾ ਬਾਰਡਰ ਆਏਗਾ, ਬਾਕੀ ਪਲੇਨ ਆਏਗਾ ਦੁਪੱਟਾ, ਬਲੈਕ ਦੁਪੱਟਾ ਆਏਗਾ, 2-ਪੀਸ ਲਹਿੰਗਾ ਚੋਲੀ ਵਿਦ ਕਲਰਫੁੱਲ ਲਹਿੰਗਾ। ਲਓ ਜੀ ਆਈਟਮ ਨੰਬਰ ਹੈਗੀ ਹੈ 17, ਤੇ ਰੇਟ ਆਏਗਾ 16,910। ਲਓ ਜੀ ਨੈਕਸਟ ਆਰਟੀਕਲ ਵੀ ਬਲੈਕ ਦੇ ਵਿੱਚ ਹੀ ਹੈ, ਕਿਉਂਕਿ ਡਿਮਾਂਡਿੰਗ ਕਲਰ ਹੋ ਗਿਆ ਬਲੈਕ ਹੁਣ। ਇਹਦਾ ਖਾਸੀਅਤ ਹੈਗਾ ਬਲਾਊਜ਼, ਬਲਾਊਜ਼ ਜਿਹੜਾ ਨਾ ਸਟਿਚਿੰਗ ਆਰਟ ਦੇਖੋ ਬਲਾਊਜ਼ ਦਾ, ਫੈਬਰਿਕ ਤਾਂ ਪਿਓਰ ਕਰੇਪ ਹੈਗਾ, ਕੰਮ ਵੀ ਸਾਰਾ ਉੱਪਰ ਡਿਜੀਟਲ ਪ੍ਰਿੰਟਿੰਗ ਹੈ, ਪਲੱਸ ਹੈਂਡਵਰਕ ਮਿਲੇਗਾ। ਪਹਿਲੇ ਸਲੀਵ ਸ਼ੋ ਕਰ ਰਿਹਾ ਤੁਹਾਨੂੰ, ਪਿਓਰ ਕਰੇਪ ਦੇ ਨਾ ਸਟਿਚਿੰਗ ਆਰਟ ਦੇਖੋ ਕਿੰਨਾ ਸੋਹਣਾ, ਫਿਨਿਸ਼ਿੰਗ ਦੇਖੋ, ਔਰ ਪਾਇਆ ਹੋਇਆ ਤਾਂ ਬਹੁਤ ਰੋਇਲ ਲੱਗਾ। ਇਸ ਤਰ੍ਹਾਂ ਹੀ ਬਾਜੂ ਤੇ ਬਾਰਡਰ ਬਣਿਆ, ਤੇ ਪ੍ਰਿੰਟਿੰਗ ਹੈ ਤੇ ਹਲਕਾ ਹਲਕਾ ਨਾ ਜ਼ਰੀ ਦੀ ਸਾਰੀ ਆਊਟਲਾਈਨਿੰਗ ਹੈਗੀ ਹੈ। ਇਹਦਾ ਸਟਾਈਲ ਦੇਖੋ ਵੀ ਨੈਕ ਦਾ, ਇਹ ਬਲਾਊਜ਼ ਦਾ ਸਟਿਚਿੰਗ ਆਰਟ ਹੈਗਾ ਜੀ, ਇਹ ਪ੍ਰੋਪਰ ਡਿਜ਼ਾਈਨਰ ਦੇ ਸਟਿਚਿੰਗ ਆਰਟ ਨੇ ਜੀ ਸਾਰੇ। ਪੋਟਲੀ ਬਟਨਸ ਵੀ ਆਣਗੇ, ਨੀਚੇ ਬਾਰਡਰ ਆਏਗਾ, ਤੇ ਬਲਾਊਜ਼ ਤੇ ਪੂਰਾ ਜਾਲ ਆਏਗਾ, ਟੰਮੀ ਕਵਰ ਬਲਾਊਜ਼ ਹੈ ਪਿਓਰ ਕਰੇਪ ਦਾ। ਲਹਿੰਗਾ ਜਿਹੜਾ ਆਏਗਾ ਇਸ ਤਰ੍ਹਾਂ ਪਲੇਟਸ ਲੁੱਕ ਦੇ ਵਿੱਚ, ਕਿੰਨੀ ਸੋਹਣੀ ਪਲੇਟਾਂ ਵਾਲਾ ਫੁੱਲ ਫਲੇਅਰ, ਔਰ ਫੁੱਲ ਫਲੇਅਰ ਤੇ ਤੁਹਾਨੂੰ ਵਰਕ ਵੀ ਮਿਲੇਗਾ। ਸਾਰੀ ਪ੍ਰਿੰਟਿੰਗ ਹੈਗੀ ਜੀ ਬਲੈਕ ਦੇ ਉੱਪਰ, ਕਲਰਫੁੱਲ ਬਰੱਸ਼ ਪ੍ਰਿੰਟਿੰਗ ਮਿਲੇਗੀ ਤੁਹਾਨੂੰ, ਤੇ ਆਊਟਲਾਈਨਿੰਗ ਆਏਗੀ ਗੋਟਾ ਪੱਟੀ, ਜ਼ਰੀ, ਸਟੋਨ, ਸੀਕੁਐਂਸ, ਫੁੱਲ ਫਲੇਅਰ ਵਿਦ ਕੈਨਕੈਨ, ਔਰ ਲਟਕਣ ਦੇਖਣਾ, ਤੁਹਾਨੂੰ ਸ਼ੋ ਕਰਦਾ ਲਟਕਣ, ਕਿਆ ਬਾਤ ਹੈ ਜੀ। ਸੇਮ ਫੈਬਰਿਕ ਦੇ ਡਿਜ਼ਾਈਨਰ ਲੁੱਕ ਵਾਲੇ ਲਟਕਣ ਆਣਗੇ ਜੀ। ਫਿਨਿਸ਼ਿੰਗ ਬੈਕ ਦੇਖੋ, ਪਹਿਲੇ ਚੋਲੀ ਦੀ ਬੈਕ ਵੀ ਕਿੰਨੀ ਸ਼ਾਨਦਾਰ ਬਣੀ ਹੈ। ਸੇਮ ਹੈ ਜੀ ਫਰੰਟ ਔਰ ਬੈਕ, ਫੁੱਲ ਫਲੇਅਰ ਦਾ ਲਹਿੰਗਾ ਬਲੈਕ ਪਿਓਰ ਕਰੇਪ ਦਾ, ਪਲੇਟਸ ਲੁੱਕ ਵਾਲਾ ਕਨਸੈਪਟ ਆਏਗਾ, ਜਿੱਦਾਂ ਪਲੇਟਾਂ ਪਾਈ ਹੁੰਦੀਆਂ ਨਾ, ਆਹ ਦੇਖੋ ਨਾ ਪਲੇਟਾਂ ਆ ਗਈਆਂ ਨਾ, ਆਹ ਲੁੱਕ ਆਏਗੀ ਇਹਦੀ, ਫਲੇਅਰ ਦੀ ਲੁੱਕ ਦੇਖੋ ਕਿੰਨੀ ਸ਼ਾਨਦਾਰ ਹੈ। ਨਾਲ ਓਡਨੀ ਸਟਾਈਲ ਦਾ ਦੁਪੱਟਾ ਆਏਗਾ, ਪਿਓਰ ਜੋਰਜਟ ਦਾ। ਲਓ ਜੀ ਆ ਗਿਆ ਇਹਦਾ ਦੁਪੱਟਾ, ਚਾਰੇ ਪਾਸੇ ਸੇਮ ਬਾਰਡਰ ਬਣਿਆ ਮਲਟੀ ਕਲਰ ਦਾ ਹੀ, ਤੇ ਆਲ ਓਵਰ ਪ੍ਰਿੰਟਿੰਗ ਪਲੱਸ ਹੈਂਡ ਵਰਕ ਆਏਗਾ, ਮੋਟਿਵ ਆਣਗੇ, ਲੁੱਕ ਔਸਮ ਹੈਗੇ ਜੀ। ਇਹ ਹੈਗੇ ਪ੍ਰੋਪਰ ਕੈਟ ਲੁੱਕ ਪਲੱਸ ਸੈਲੀਬ੍ਰਿਟੀ ਸਟਾਈਲ। ਲਓ ਜੀ ਇਹ ਹੈਗਾ 2-ਪੀਸ ਲਹਿੰਗਾ ਚੋਲੀ, ਆਈਟਮ ਨੰਬਰ ਹੈਗੀ ਹੈ 18, ਤੇ ਰੇਟ ਆਏਗਾ 37,960। ਲਓ ਜੀ ਇਸੀ ਡਿਜ਼ਾਈਨਰ ਦਾ ਆਰਟੀਕਲ ਜਿਹੜਾ ਹੈਗਾ ਨਾ, ਉਹ ਵੀ ਇਸੀ ਡਿਜ਼ਾਈਨਰ ਦਾ ਹੀ ਹੈ, ਇਹ ਵੀ 2-ਪੀਸ ਲਹਿੰਗਾ ਚੋਲੀ ਹੈ। ਔਰ ਇਹਦੀ ਖਾਸੀਅਤ ਕੀ ਹੈ, ਆਪਾਂ ਸਿੰਗਲ ਪੀਸ ਵੀ ਕਰ ਸਕਦੇ ਹਾਂ ਅਟੈਚ ਕਰਕੇ। ਕਲਰ ਆਏਗਾ ਰੂਬੀ ਮਜੰਟਾ, ਪਿਓਰ ਕਰੇ ਫੈਬਰਿਕ ਹੈ, ਬਲਾਊਜ਼ ਤੁਹਾਨੂੰ ਮਿਲਣਗੇ ਸਾਰੇ ਡਿਫਰੈਂਟ ਡਿਫਰੈਂਟ। ਐਕਚੁਲੀ ਜਿਹੜੀ ਪ੍ਰਿੰਟਿੰਗ ਹੈ ਨਾ, ਇਹ ਡਿਜ਼ਾਈਨਰ ਦੀ ਪ੍ਰਿੰਟਿੰਗ ਹੈ ਸਾਰੀ। ਆ ਗਿਆ ਇਹਦਾ ਬਾਰਡਰ ਬਾਜੂ ਦਾ, ਹਲਕਾ ਹਲਕਾ ਸਟੋਨ ਲੱਗੇ ਨੇ, ਤੇ ਡਿਜ਼ਾਈਨਰ ਦੇ ਇਸ ਤਰ੍ਹਾਂ ਪ੍ਰਿੰਟਿੰਗ ਆਏਗੀ ਪੂਰੇ ਯੋਕ ਦੇ ਉੱਪਰ, ਤੇ ਆਊਟਲਾਈਨਿੰਗ ਹੈਂਡਵਰਕ ਦੀ ਸਾਰੀ ਸਟਿਚਿੰਗ ਆਰਟ ਦੇਖਣਾ। ਇਸ ਤਰ੍ਹਾਂ ਹੀ ਵੀ ਕੱਟ ਦੇ ਵਿੱਚ ਇਹਦਾ ਬਲਾਊਜ਼ ਆਏਗਾ, ਇੱਥੋਂ ਕਲੀਆਂ ਸਟਾਰਟ ਹੋ ਜਾਣਗੀਆਂ ਲਹਿੰਗੇ ਦੀਆਂ। ਸਾਰੀ ਹਲਕੀ ਹਲਕੀ ਬੂਟੀ ਹੈ, ਡਬਲ ਕੈਨਕੈਨ ਹੈਗੀ ਹੈ, ਨੀਚੇ ਡਿਜੀਟਲ ਔਰ ਬਰੱਸ਼ ਪ੍ਰਿੰਟਿੰਗ ਆਏਗੀ, ਔਰ ਸਾਰਾ ਹੈਂਡਵਰਕ ਮਿਲੇਗਾ ਉੱਪਰ ਇਹਦੇ।
सुपर आर्टिकल है जी, फुल फ्लेयर का लहंगा है। घुमा के दिखा बेटा एक बार, इन बैक भी दिखा दी फिर घुमा के दिखाई। आ देखो लटकन ते बैक किन्नी सोहनी बड़ी है ब्लाउज की, इस तरह थोड़ी डीप आएगी पर फर्क मिलेगा। पूरे फ्लेयर ते मजेंटा दे उपर ना कॉम्बीनेशन बड़े सोहने यूज किते ने। लो जी लुक देखो, लुक हैवी है पर वेट नहीं हैगा। आ लो किन्ना शानदार लहंगा चोली है। जे कुछ डिफरेंट पाना ना एम्ब्रॉयडरी वगैरह तो हट के, ये डिजाइनर वाले कंसेप्ट ने जी। नाल प्रिंटेड दुपट्टा ऑर्डनी स्टाइल का। लो जी चौरे पासे बॉर्डर डबल दुपट्टा मिलेगा, नीचे भी ये प्रोपर फिनिशिंग दी हुई है। आ लो आ गया दुपट्टे दे विच वर्क, डिजाइनर ही दुपट्टा आएगा जी, क्या बात है। लुक देखो कितनी शानदार, कलर हैगा रूबी मजेंटा। ये टू पीस लहंगा चोली वाले कंसेप्ट ने जी, डिजाइनर प्लस डिफरेंट, ये यूनिक ने। सिंगल सिंगल आर्टिकल है, आइटम नंबर हैगी है 19 ते रेट आएगा जी 36,310। लो जी नेक्स्ट आर्टिकल देखना जी, कलर ब्लैक इंटू बेज का कॉम्बीनेशन है गोल्डन का। यह भी टू पीस लहंगा चोली है, स्टाइलिश है, डिजाइनर और डिफरेंट है, समथिंग चेंज है। टमी कवर ब्लाउज आएगा, इस तरह प्रिंटिंग दे नाल हाइट सारा हैंडवर्क मिलेगा तुहानू। उपर आप बाजू की फिनिशिंग देखो, प्रोपर फिनिशिंग और प्रोपर नीडनेस मिलेगी जी। ब्राउन और ब्लैक का कॉम्बीनेशन आएगा सारा, जिगजैग स्टाइल दे विच इहदा ब्लाउज ते लहंगा भी इस तरह जिगजैग स्टाइल च बनया। सारी प्रिंटिंग हैगी है, फिर उपर आएगा सारा हैंडवर्क। प्रिंटिंग भी तुहानू सारी ना डिफरेंट और चेंज मिलेगी, मतलब कि पहले रेगुलर फ्लावर पत्ती वो नहीं है, कुछ अलग वेयर करना। सॉरी आ गए थे लटकन डोरी थे ना, पूरा फ्लेयर और बॉर्डर सॉलिड बॉर्डर आएगा जी। कलर ब्लैक ग्रीन इस तरह ब्राउन, ये कॉम्बीनेशन यूज किते ने सारे डिजाइनर ने। बैक भी देखो कितनी शानदार, और इसकी खासियत की है कि साइज दी साइज ये तुहानू 36 तो लेके ना 44 तक साइज मिल जाएगा जी। आ लुक देखो कितनी शानदार है, नाल दुपट्टा आएगा जॉर्जेट का, चारे पासे बरीकी का बॉर्डर बनया, बूटी आएगी दुपट्टे च। सिंगल पीस बनाओ चाहे टू पीस पाओ, लाइकिंग तुहाडी हैगी है। लो जी आइटम नंबर 20 ते रेट आ गया जी 36,310। ठीक है जी, साड़ी लास्ट आइटम डम्मी ते है, डबल लेयर वाला लहंगा मैरून कलर का, प्योर क्रेप फैब्रिक है। पहले तो इसका ब्लाउज शो कर दा, डम्मी ते पाए दी लुक तो लग रही होनी है। नीचे इस तरह मल्टी कलर प्रिंटिंग हैगी है, प्योर क्रेप के उपर हल्के हल्के स्टोन लगे ने, जरी गोटा पट्टी इस तरह पिट्टा वर्क सारा वर्क किया हो। स्लीव भी डिजाइनर ही आने, कट वर्क वाले स्लीव बने ने, 3-4 स्लीव आने। ते बैक फ्रंट दोनों बनी है ब्लाउज की, बैक भी तुहानू शो करते हैं। बैक ते इस तरह ही लटकन आणगे जी, सेम वर्क किया है बैक के उपर भी, ब्यूटीफुल मैरून कलर है। लटकन की देखो क्वालिटी, मतलब तुहानू फिनिशिंग और क्वालिटी वाइज ना कोई कंप्रोमाइज नहीं, बेस्ट तो बेस्ट मिलेगी जी। पूरा ब्लाउज हैवी बनया है, इस तरह ही लहंगा स्टार्ट हो जाएगा बेल्ट तो। हल्की हल्की बूटी है जी, नीचे डबल लेयर का लहंगा आएगा। आ देखो ना डिजिटल प्रिंटिंग प्लस सारा हैंडवर्क की आउटलाइनिंग हैगी है, प्रोपर प्रिंटिंग कटवर्क स्टाइल दा फ्लेयर है। नीचे डबल लेयर आएगा, ये सेकंड लेयर है, डबल लेयर दा लहंगा है जी, पूरा हैंडवर्क दे नाल विद डिजिटल प्रिंटिंग। कलर हैगा मैरून ते दुपट्टा, दुपट्टा देखो कितना शानदार है, चारे पासे स्कैल्पिंग बॉर्डर है दुपट्टे च, इस तरह ही लटकन आणगे। फिनिशिंग डिजाइनिंग डिफरेंट, मैरून कलर दा ही ऑर्डनी स्टाइल दा इहदा दुपट्टा आएगा। लुक देखो कितनी शानदार है, ब्यूटीफुल मैरून कलर है जी। लुक देखो डम्मी दे, यह साड़ी अज की लास्ट आइटम है जी, मैरून कलर की डबल लेयर का लहंगा प्लस टम्मी कवर चोली आएगी है। लो जी आइटम नंबर हैगी है 21 नंबर आइटम है, तो रेट आएगा जी 31,360। ठीक है जी, आज दे लई इन्ना ही, कल फिर लाइव आऊंगे नवे डिजाइन नवे आर्टिकल लैके। तो एक बार फिर मैं तुहानू रिमाइंड करा दा साडे ब्यूटीफुल सरप्राइज गिफ्ट लई, जिदे भी सब तो ज्यादा शेयर और लाइक आउणगे ना, इसी करके बार बार कह रहा कि वीडियो नू शेयर करो, लाइक करो, दब के शेयर करो। ते ब्यूटीफुल ब्रेसलेट क्यूट जा ना गिफ्ट देखो किन्ना स्मार्ट, जेड़ा सरवोस्की ब्रांड का है जी, आ गया सरवोस्की ब्रांड। ठीक है ना, तुहानू फ्री ऑफ कॉस्ट गिफ्ट किया जाएगा। साढ़े पांच मतलब चार ड्रा कढ़ांगे ते 5 जनवरी नू। ठीक है ना जी, ते नाल ए देखो हरमेस दा तुहानू परफ्यूम भी, ये दोनों ड्रा करते जाएंगे 5 जनवरी नू। ठीक है ना जी, इस करके वीडियो नू बात तो बात शेयर करो, लाइक करो, ते साढ़े जान लगे ना व्हाट्सएप नंबर नोट करो, वर्ल्ड वाइड अपनी शिपिंग है कि DHL तो। आ लो आ गए साढ़े फोन नंबर सारे जिहड़े फेसबुक ते पाए ने, ते जिहड़ा भी तुहानू इहदे विच अच्छा लग्या आर्टिकल उहदा स्क्रीनशॉट तुसीं लै लिआउणा, आ नंबर ते शेयर करके कॉल करके मैसेज करके आर्टिकल अपना बुक कराओ। ठीक है जी, लो जी अज दे लई इन्ना ही, कल फिर लाइव आवांगे नवे डिजाइन नवे आर्टिकल लैके। तब तक के लिए सब नू प्यार भरी सत श्री अकाल, ओके बाय, टेक केयर जी।